ਧੋਬੀਆਣਾ ਬਸਤੀ ਬਠਿੰਡਾ ਦੀ ਗਲੀ ਨੰਬਰ 7 ਵਿੱਚ ਸਾਰੇ ਮੁਹੱਲਾ ਵਾਸੀਆਂ ਵੱਲੋਂ ਸਫਾਈ ਸੇਵਕਾਂ ਨੂੰ ਫੁੱਲਾਂ ਦੇ ਹਾਰ ਪਾ ਕੇ ਤੇ ਫੁੱਲਾਂ ਦੀ ਵਰਖਾ ਕਰਕੇ ਸਨਮਾਨਿਤ ਕੀਤਾ ਗਿਆ ਜੋ ਇਸ ਭਿਆਨਕ ਮਹਾਮਾਰੀ ਦੇ ਵਿੱਚ ਸਾਡੀਆਂ ਸਾਰਿਆਂ ਦੀ ਸਫਾਈ ਦਾ ਪੂਰੀ ਚੰਗੀ ਤਰ੍ਹਾਂ ਧਿਆਨ ਰੱਖਦੇ ਹਨ। ਬੁਖਾਰ ਦੇ ਲੱਛਣ ਨੇ ਉਸ ਤੋਂ ਦੂਰੀ ਬਣਾਈ ਰੱਖੋ, ਮੋਬਾਈਲ ਨੂੰ ਹਰ ਜਗ੍ਹਾ ਤੇ ਨਾ ਰੱਖੋ, ਘਰ ਦਾ ਬਣਿਆ ਖਾਣਾ ਖਾਓ। ਜੀ ਡਾਕਟਰ ਖੁਸ਼ਿੰਦਰ ਸਿੰਘ ਮਾਨ, ਕਿਹੜਾ ਏਰੀਆ ਜੀ ਇਹ? ਧੋਬੀਆਣਾ ਨਗਰ ਵਾਰਡ ਨੰਬਰ 11। ਤੁਸੀਂ ਅੱਜ ਕੀ ਕੀਤਾ ਜੀ? ਅੱਜ ਜੇ ਇਹ ਕੀਤਾ ਅੱਜ ਜੀ, ਜਿਵੇਂ ਕਿ ਆਪਣੇ ਇੱਕ ਮਹਾਂਵਾਰੀ ਕਰੋਨਾ ਦੀ ਚੱਲਦੀ ਹੋਈ ਹੈ, ਉਦੋਂ ਤੋਂ ਹੀ ਲੈ ਕੇ ਸਾਰੇ ਸ਼ਹਿਰ ਨਿਵਾਸੀਆਂ ਵੱਲੋਂ ਵੱਖ ਵੱਖ ਥਾਵਾਂ 'ਤੇ ਜੋ ਸੇਵਾ ਨਿਭਾ ਰਹੇ ਨੇ ਇਸ ਮਹਾਂਵਾਰੀ ਦੇ ਦੌਰਾਨ, ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ। ਉਸੇ ਲੜੀ ਦੇ ਤਹਿਤ ਹੀ ਅੱਜ ਅਸੀਂ ਧੋਬੀਆਣਾ ਬਸਤੀ ਗਲੀ ਨੰਬਰ 7 ਵੱਲੋਂ ਅਤੇ ਗੁਰਦੁਆਰਾ ਕਮੇਟੀ ਦੇ ਸਹਿਯੋਗ ਦੇ ਨਾਲ ਭਾਈ ਸਿਕੰਦਰ ਸਿੰਘ ਪ੍ਰਧਾਨ, ਬਲਵੀਰ ਸਿੰਘ ਸਾਡੇ ਜੇਈ ਸਾਹਿਬ ਕਮੇਟੀ ਮੈਂਬਰ, ਧੰਨਾ ਸਿੰਘ ਅਤੇ ਹੋਰ ਸਾਰੇ ਹੀ ਪਤਵੰਤ ਜਿਹੜੇ ਸੱਜਣ ਹੈਗੇ, ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਵੀ ਮਨ ਬਣਾਇਆ ਕਿਉਂ ਨਾ ਜੋ ਸਾਡੀ ਇਹ ਆਪਣੀ ਰਿਸਕ ਲੈ ਕੇ, ਕਿਉਂਕਿ ਬਿਮਾਰੀ ਕਦੋਂ ਵੀ ਕਿਸੇ ਨੂੰ ਫੈਲ ਸਕਦੀ ਹੈ। ਬਹੁਤ ਵੱਡਾ ਰਿਸਕ ਇਹਨਾਂ ਦਾ, ਸਭ ਤੋਂ ਵੱਡਾ ਰਿਸਕ ਇਹਨਾਂ ਦਾ ਜਿਹੜੇ ਸਫਾਈ ਘਰਾਂ ਦੇ ਵਿੱਚ ਚੱਕਣਾ, ਕਿਸੇ ਨੂੰ ਵੀ ਇਹ ਬਿਮਾਰੀ ਜਿਹੜੀ ਉੱਥੋਂ ਹੋ ਸਕਦੀ ਹੈ। ਇਹ ਰਿਸਕ ਨੂੰ ਲੈਂਦੇ ਹੋਏ ਆਪਣੀ ਸੇਵਾ ਨਿਭਾ ਰਹੇ ਨੇ, ਅਸੀਂ ਸੋਚਿਆ ਵੀ ਇਹਨਾਂ ਦਾ ਬਹੁਤ ਬਹੁਤ ਜਿਹੜਾ ਇਹਨਾਂ ਦਾ ਸਨਮਾਨ ਕੀਤਾ ਜਾਵੇ। ਬਲਵੀਰ ਸਿੰਘ ਆ। ਅੱਛਾ ਜੀ, ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਮੈਂ ਤਾਂ ਕਈ ਦਿਨਾਂ ਤੋਂ ਵਿਚਾਰੇ ਆ ਰਹੇ ਸੀ ਇਹ ਸੇਵਾ ਕਰ ਰਹੇ ਇੰਨੇ ਸੰਕਟ ਦੇ ਘੜੀ ਦੇ ਵਿੱਚ, ਅਤੇ ਮੈਂ ਇੱਕ ਸੋਚੀ ਗੱਲ ਵੀ ਇਹਨਾਂ ਦਾ ਕੋਈ ਸਨਮਾਨ ਕੀਤਾ ਜਾਵੇ, ਅਤੇ ਕਈ ਦਿਨਾਂ ਤੋਂ ਫੁੱਲ ਵੀ ਨਹੀਂ ਮਿਲ ਰਹੇ ਸੀ। ਅਸੀਂ, ਮੈਂ ਅਤੇ ਸਿਕੰਦਰ ਸਿੰਘ ਨੇ ਅੱਜ ਭਾਲ ਕੀਤੀ ਫੁੱਲ ਲਿਆਂਦੇ, ਅਤੇ ਅਸੀਂ ਆਖਿਆ ਵੀ ਇਹਨਾਂ ਨੂੰ ਵੀ ਕਾਲ ਕੀਤੀ ਵੀ ਇੰਨੇ ਵਜੇ ਤੁਸੀਂ ਆ ਜਾ ਜੇ ਵੀ ਤੁਹਾਡਾ ਸਨਮਾਨ ਕੀਤਾ ਜਾਵੇ। ਵਿਚਾਰੇ ਸਭ ਤੋਂ ਮਤਲਬ ਇਹ ਦੁੱਖ ਦੀ ਘੜੀ 'ਚ ਇਹ ਕੰਮ ਕਰ ਰਹੇ ਆ ਘਰ ਘਰ ਜਾ ਕੇ, ਅਤੇ ਇਸ ਕਰਕੇ ਅਸੀਂ ਇਹਨਾਂ ਦਾ ਆਹ ਛੋਟਾ ਮੋਟਾ ਜਿਹੜਾ ਸਨਮਾਨ ਕਰ ਕੀਤਾ ਫੁੱਲਾਂ ਦਾ।